ਸਾਡਾ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਆਤਮ ਹੱਤਿਆ ਕਰ ਰਿਹਾ ਹੈ। ਹੈਰਾਨੀ ਹੁੰਦੀ ਹੈ ਕਿ ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰ ਰਿਹਾ, ਜਿਹੜਾ ਸਭ ਤੋਂ ਫਰਟਾਈਲ ਸਭ ਤੋਂ ਉਪਜਾਊ ਧਰਤੀ ਦਾ ਮਾਲਕ ਹੈ। ਸਰ ਸਾਡਾ ਇੱਕ ਮਿੰਟ, ਭਗਵੰਤ ਮਾਨ ਜੀ ਕੇ ਭਾਸ਼ਣ ਪੂਰਨ ਹੋਣੇ ਤੱਕ ਸਦਨ ਕੋ ਬੜਾ ਦੇਤੇ ਜੀ, ਤਬ ਤੱਕ ਕੇ ਜੀ ਸਰ ਬਸ। ਹਾਂ ਸਰ, ਸਾਡਾ ਜਿਹੜਾ ਪਾਣੀ ਹੈ ਧਰਤੀ ਦਾ ਪੰਜਾਬ ਦਾ, ਉਹ ਬਹੁਤ ਲੈਵਲ ਉਹਦਾ ਥੱਲੇ ਚਲਾ ਗਿਆ। ਆਉਣ ਵਾਲੇ 10-15 ਦਿਨਾਂ 'ਚ ਇਹ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ, ਅੰਦਾਜ਼ੇ ਲਾਏ ਜਾ ਰਹੇ ਨੇ ਕਿ ਅਸੀਂ ਮਾਰੂਸਲ ਹੋ ਜੂਗਾ, ਡੈਜ਼ਰਟ ਬਣ ਜੂਗਾ। ਸੋ ਪਵਨ ਗੁਰੂ ਬਾਣੀ 'ਚ ਲਿਖਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਪਵਨ ਹਵਾ, ਪਵਨ ਨੂੰ ਜਿਹੜੀ ਹਵਾ ਨੂੰ ਗੁਰੂ ਦਾ ਦਰਜਾ, ਪਾਣੀ ਨੂੰ ਪਿਤਾ ਦਾ ਦਰਜਾ, ਧਰਤੀ ਨੂੰ ਮਾਤਾ ਦਾ ਦਰਜਾ। ਪਰ ਬਦਕਿਸਮਤੀ ਨਾਲ ਅਸੀਂ ਇਹ ਤਿੰਨੋਂ ਦਰਜੇ ਕਾਇਮ ਨਹੀਂ ਰੱਖ ਸਕੇ। ਸਾਡੀ ਹਵਾ ਜ਼ਹਿਰੀਲੀ ਹੋ ਗਈ, ਸਾਡੀ ਧਰਤੀ ਜਿਹੜੀ ਉਹ ਜ਼ਹਿਰੀਲੀ ਹੋ ਗਈ ਰਸਾਇਣਿਕ ਖਾਦਾਂ ਨਾਲ, ਸਾਡਾ ਪਾਣੀ ਪੀਣ ਯੋਗ ਨਹੀਂ ਰਿਹਾ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।